ਅਬੂ ਧਾਬੀ ਦੁਬਈ ਦੇ ਅਸੀਂ ਯਾਤਰਾ ਜਾ ਰਹੇ ਹਾਂ। ਉਹ ਪਹਿਲੀ ਯਾਤਰਾ ਰਿੰਕੂ ਭਾਅ ਜੀ ਦੀ ਜਿਹੜੀ ਕਿ ਘੁੰਮਣ ਵਾਸਤੇ ਘੁੰਮਾਈ ਗਈ ਆ, ਨਾ ਰਾਮ ਮੰਦਰ ਮੰਦਰ ਵੇਖਣਾ ਮੈਂ। ਇਸ ਤੋਂ ਇਲਾਵਾ ਪਹਿਲਾਂ ਵੀ ਪਿਛਲੇ ਸਾਲ ਵੀ ਆਪਾਂ ਜੋਤੀ ਲਿੰਗਾਂ ਦੇ ਦਰਸ਼ਨ ਕੀਤੇ ਸੀ, ਰਮੇਸ਼ਰਮ ਗਏ ਸੀਗੇ, ਬੜੇ ਆਨੰਦਮਈ ਆਇਆ। ਉਸ ਤੋਂ ਬਾਅਦ ਰਾਜਸਥਾਨ ਦੀ ਯਾਤਰਾ ਕੀਤੀ, ਪੁਸ਼ਕਰ ਦੇ ਸ਼ਾਹੀ ਇਸ਼ਨਾਨ ਕੀਤੇ। ਇਸ ਤੋਂ ਬਾਅਦ ਸ਼੍ਰੀਨਗਰ ਦੀ ਯਾਤਰਾ ਤਿਆਰ ਹੈਗੀ ਹੈ। ਉਸ ਤੋਂ ਬਾਅਦ ਵਰਿੰਦਾਵਨ ਜਾਣਾ ਮੈਂ, ਵਰਿੰਦਾਵਨ ਤੋਂ ਬਾਅਦ ਫਿਰ ਇਹਨਾਂ ਦੀ ਜੋਤੀ ਲਿੰਗਾਂ ਦੀ ਯਾਤਰਾ ਹੈ। ਇਹ ਯਾਤਰਾ ਕਰਾਉਂਦੇ ਰਹਿੰਦੇ, ਇਹਨਾਂ ਦੇ ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਜਿਹੜੀ ਇਹ ਪ੍ਰਭੂ ਦੇ ਨਾਲ ਵੀ ਜੋੜਦੇ ਆ ਔਰ ਧਾਰਮਿਕ ਸੰਸਥਾਨ ਵੀ ਜੋੜਦੇ ਆ। ਦਾਰਸ਼ਨਿਕ ਸਥਲ ਜਿਸ ਤਰ੍ਹਾਂ ਸ਼੍ਰੀਨਗਰ ਹੈ ਜਾਂ ਦੁਬਈ ਹੈ, ਦਿਖਾਉਣ ਵਾਸਤੇ ਜਾ ਰਹੇ ਨੇ, ਬਹੁਤ ਉਤਸ਼ਾਹ ਆ। ਅਸੀਂ ਇਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਰਿੰਕੂ ਜੀ ਦਾ, ਇਸ ਤਰ੍ਹਾਂ ਯਾਤਰਾ ਕਰਦੇ ਨਾਲ ਪਰਮਾਤਮਾ ਨੂੰ ਇਸ ਤਰ੍ਹਾਂ ਸ਼ਕਤੀ ਬਖਸ਼ਦੇ ਰਹਿਣ। ਧੰਨਵਾਦ ਜੀ, ਜੈ ਸ਼੍ਰੀ ਰਾਮ। ਲਗਭਗ 23 ਮੈਂਬਰ ਹੈਗੇ ਆ ਜਿਹੜੇ ਜਾ ਰਹੇ ਆ ਸਰ। 23 ਮੈਂਬਰਾਂ ਦੇ ਵਿੱਚ ਸਾਰੇ ਦੇ ਸਾਰੇ ਲੇਡੀਜ਼ ਔਰ ਜੈਂਟਸ ਸਾਰੇ ਬਰਾਬਰ ਆ, ਔਰ ਸਾਰੀਆਂ ਫੈਮਲੀਆਂ ਜਿਹੜੀਆਂ ਉਹ ਫੈਮਲੀ ਵਾਈਜ਼ ਜਾ ਰਹੇ ਨੇ। ਫਸਟ ਟਾਈਮ ਅਸੀਂ ਇੰਟਰਨੈਸ਼ਨਲ ਫਲਾਈਟ 'ਤੇ ਜਾ ਰਹੇ ਹਾਂ, ਆਬੂ ਧਾਬੀ 'ਚ ਰਾਮ ਮੰਦਰ ਦੇਖਣ ਵਾਸਤੇ ਜਾ ਰਹੇ ਹਾਂ। ਇਹ ਸਾਡਾ ਬਹੁਤ ਵੱਡਾ ਸੌਭਾਗਯ ਹੈ। ਕਿੰਨੇ ਮੈਂਬਰਾਂ ਦਾ ਗਰੁੱਪ ਗਿਆ ਜੀ? 23 ਮੈਂਬਰ। ਕਿੰਨੇ ਦਿਨ ਦਾ ਟੂਰ ਹੋਏਗਾ ਜੀ? 5 ਦਿਨ ਦਾ ਟੂਰ ਹੈ। ਅੱਗੋਂ ਵੀ ਇਸ ਤਰ੍ਹਾਂ ਦੇ ਉਪਰਾਲੇ ਚੱਲਦੇ ਰਹਿੰਦੇ? ਬਿਲਕੁਲ ਜੀ ਬਿਲਕੁਲ, ਪਰਮਾਤਮਾ ਕਰੇ ਅਸਾਂ ਅੱਗੇ ਟੂਰ ਬਣਦੇ ਰਹਿਣ, ਅਸੀਂ ਜਾਂਦੇ ਜਾਈਏ, ਸਾਨੂੰ ਲੈ ਕੇ ਜਾਂਦੇ ਰਹਿਣ ਸਾਰੇ ਗੋਬਿੰਦ ਸੇਵਾ ਵਾਲੇ। ਅਤੇ ਅੱਜ ਅਸੀਂ ਗੋਬਿੰਦ ਯਾਤਰਾ ਸੇਵਾ ਸੰਘ ਵੱਲੋਂ ਆਬੂ ਧਾਬੀ ਦੇ ਵਿੱਚ ਸ਼੍ਰੀ ਰਾਮ ਜੀ ਦਾ ਮੰਦਰ ਦੇਖਣ ਜਾ ਰਹੇ ਹਾਂ। ਸਾਡੇ ਰਿੰਕੂ ਭਾਅ ਜੀ ਸਾਨੂੰ ਬੜਾ ਇਸ ਮਾਮਲੇ ਉਕਸਾਇਆ ਸੀ, ਅਤੇ ਅਸੀਂ ਕਿ ਅਸੀਂ ਜ਼ਰੂਰ ਜਾਣਾ। ਉਸ ਤੋਂ ਬਾਅਦ ਅਸੀਂ ਸ਼ਾਰਜਾ ਦੁਬਈ ਹੁੰਦੇ ਆਏ ਹਾਂ, ਵੀਰਵਾਰ ਸ਼ਾਮ ਨੂੰ ਅਸੀਂ ਇੱਥੇ ਆ ਜਾਣਾ। ਅਗਲੀ ਯਾਤਰਾ ਸਾਡੀ ਸ਼੍ਰੀਲੰਕਾ ਦੀ ਹੋਏਗੀ, ਅਤੇ ਉਹ ਸਿਆਪਤੀ ਰਾਮ ਚੰਦਰ ਮਹਾਰਾਜ ਕੀ ਜੈ। ਬਹੁਤ ਅੱਛਾ ਸਹਿਯੋਗ ਦਿੰਦੇ ਜੀ ਸਾਨੂੰ ਵੀ, ਔਰ ਅਸੀਂ ਵੀ ਉਹਨਾਂ ਨੂੰ ਸਹਿਯੋਗ ਦਿੰਦੇ ਹਾਂ। ਸਾਡਾ ਸੰਘ ਜਿਹੜਾ ਇੱਕ ਪਰਿਵਾਰ ਬਣ ਕੇ ਜਾਂਦਾ, ਔਰ ਇਹ ਉਪਰਾਲਾ ਬਹੁਤ ਅੱਛਾ ਹੈ। ਇਸੇ ਤਰੀਕੇ ਨਾਲ ਅਸੀਂ ਸਾਰੇ ਜਗ੍ਹਾ ਦੇ ਦਰਸ਼ਨ ਕਰ ਰਹੇ ਹਾਂ। ਅੱਗੇ ਸਾਡੇ 4 ਜੋਤਿਰਲਿੰਗ ਹੋਣੇ ਆ, ਇੱਕ ਧਾਮ ਹੋਣਾ ਹੈ ਸਤੰਬਰ ਦੇ ਵਿੱਚ। ਇਸ ਤਰ੍ਹਾਂ ਯਾਤਰਾ ਜਾ ਰਹੀ ਹੈ, ਉਹਨਾਂ ਸਾਡਾ 100 ਬੰਦੇ ਦੇ ਕਰੀਬ ਕਰੀਬ ਮੈਂਬਰ ਹੋਣਗੇ। ਅੱਜ ਜਿਹੜੀ ਯਾਤਰਾ ਦਾ ਆਯੋਜਨ ਕੀਤਾ ਗਿਆ ਜੀ ਸ਼੍ਰੀ ਗੋਬਿੰਦ ਯਾਤਰਾ ਸੇਵਾ ਸੰਘ ਵੱਲੋਂ, ਬੜੇ ਹੀ ਦੇਰ ਤੋਂ ਸਾਡੇ ਯਾਤਰੀਆਂ ਦੀ, ਸਾਡੇ ਮੈਂਬਰਸ ਦੀ ਡਿਮਾਂਡ ਸੀਗੀ, ਜਿਹੜੇ ਆਬੂ ਧਾਬੀ ਦੇ ਵਿੱਚ ਬੜੀ ਦੇਰ ਤੋਂ ਮੰਦਿਰ ਬਣ ਰਿਹਾ ਸ਼੍ਰੀ ਰਾਮ ਜੀ ਦਾ, ਅਤੇ ਸਾਨੂੰ ਜ਼ਰੂਰ ਉਹਦੇ ਦਰਸ਼ਨ ਕਰਾਏ ਜਾਣ। ਅਤੇ ਅੱਜ ਉਹਦੇ ਸੰਬੰਧ ਵਿੱਚ ਹੀ ਅੱਜ ਯਾਤਰਾ ਆਬੂ ਧਾਬੀ ਦੇਸ਼ ਦੇ ਵਿੱਚ ਜਿਹੜਾ ਪਹਿਲਾ ਮੁਸਲਿਮ ਕੰਟਰੀ ਦੇ ਵਿੱਚ ਮੰਦਿਰ ਬਣਿਆ ਸ਼੍ਰੀ ਰਾਮ ਜੀ ਦਾ, ਉਹ ਦੇਖਣ ਵਾਸਤੇ ਯਾਤਰਾ ਜਾ ਰਹੀ ਹੈ। ਅਸੀਂ ਲਗਭਗ ਜੀ 25 ਮੈਂਬਰਾਂ ਜੱਥਾ ਹੈਗਾ ਜਿਹੜਾ ਕਿ ਆਬੂ ਧਾਬੀ ਦੇ ਵਿੱਚ ਸਭ ਨਾਲ ਪਹਿਲੇ ਦਰਸ਼ਨ ਕਰਨ ਗਏ ਸ਼੍ਰੀ ਰਾਮ ਜੀ ਮੰਦਿਰ ਜੀ ਦੇ, ਜਿਹਦਾ ਕਿ ਥੋੜ੍ਹੇ ਦਿਨ ਪਹਿਲਾਂ ਹੀ ਮੋਦੀ ਸਾਹਿਬ ਨੇ ਉਦਘਾਟਨ ਕੀਤਾ ਹੈਗਾ। ਔਰ ਆਬੂ ਧਾਬੀ ਤੋਂ ਬਾਅਦ ਅਸੀਂ ਦਰਸ਼ਨ ਕਰਨ ਤੋਂ ਪਸ਼ਚਾਤ ਦੁਬਈ ਜਿਹੜਾ ਸ਼ਹਿਰ ਕਾਫੀ ਵਿਸ਼ਵ ਪ੍ਰਖਿਅਤ ਆ, ਸਾਰੇ ਆਲੀਸ਼ਾਨ ਆਪਣੇ ਕਰਨ ਵਾਸਤੇ ਕਾਫੀ ਫੇਮਸ ਹੈ, ਉਹਦੇ ਵਿੱਚ ਅਸੀਂ ਥੋੜ੍ਹਾ 4 ਕੁ ਦਿਨ ਦਾ ਸਾਡਾ ਹੈਗਾ ਉੱਥੇ ਟ੍ਰਿਪ ਦਾ। ਉਸ ਤੋਂ ਬਾਅਦ ਜਿਹੜਾ ਯਾਤਰਾ 7 ਤਰੀਕ ਨੂੰ ਵਾਪਸ ਅੰਮ੍ਰਿਤਸਰ ਵਾਪਸ ਆਏਗੀ। ਟੋਟਲ ਕੀ ਹੈ, 5 ਦਿਨ ਦਾ ਮਤਲਬ ਹੈਗਾ ਟੂਰ, ਅਤੇ 6ਵੇਂ ਦਿਨ ਅਸੀਂ ਘਰ ਵਾਪਸ ਮਤਲਬ ਅੰਮ੍ਰਿਤਸਰ ਆਵਾਂਗੇ ਵਾਪਸ। ਦੇਖੋ ਜੀ, ਇਸ ਟਾਈਮ ਸਾਰੇ ਸੰਸਾਰ ਦੇ ਵਿੱਚ ਰਾਮਮਈ ਹੋਇਆ ਪਿਆ, ਸਾਰਾ ਸੰਸਾਰ ਰਾਮਮਈ ਦੀ ਲਹਿਰ ਚੱਲ ਰਹੀ ਹੈ। ਉਹਦੇ ਸੰਬੰਧ ਵਿੱਚ ਹੀ ਇਸ ਤਰ੍ਹਾਂ ਅਯੋਧਿਆ ਦੇ ਵਿੱਚ ਸਾਡੇ ਇਸ ਟਾਈਮ ਬਹੁਤ ਜ਼ਿਆਦਾ ਲੋਕਾਂ ਦਾ ਉਤਸ਼ਾਹ ਹੈਗਾ ਕਿ ਰਾਮ ਮੰਦਿਰ ਦਾ, ਇਸੇ ਤਰ੍ਹਾਂ ਹੀ ਮੁਸਲਿਮ ਦੇਸ਼ ਦੇ ਵਿੱਚ ਮੰਦਿਰ ਦਾ ਉਤਸ਼ਾਹ ਵੇਖ ਕੇ ਲੋਕਾਂ ਨੇ ਸਾਨੂੰ ਕੀਤਾ ਅਗਰੇ ਕਿ ਤੁਸੀਂ ਇਹਦਾ ਇੱਕ ਟ੍ਰਿਪ ਜਿਹੜਾ ਬਣਾਓ ਕਿ ਜਿਹਦੇ ਆਪਾਂ ਦਰਸ਼ਨ ਕਰ ਸਕੀਏ ਜਾ ਕੇ। ਉਸੇ ਸੰਬੰਧ ਵਿੱਚ ਹੀ ਅੱਜ ਆਪਾਂ ਇਹਨੂੰ ਅੱਜ ਅਮਲੀ ਜਾਮਾ ਪਹਿਨਣ ਜਾ ਰਹੇ ਹਾਂ, ਔਰ ਬੜੀ ਦੇਰ ਤੋਂ ਇਹਦੀ ਤਿਆਰੀ ਸਾਡੀ ਚੱਲ ਰਹੀ ਸੀਗੀ ਜੋ ਕਿ ਅੱਜ ਪ੍ਰਭੂ ਕਿਰਪਾ ਦੇ ਨਾਲ ਸੰਪੂਰਨ ਹੋਣ ਜਾ ਰਹੀ ਹੈ। ਜੀ ਬਿਲਕੁਲ ਜੀ, ਜਿਹੜੀ ਜਨਤਾ ਦਾ ਸਹਿਯੋਗ ਸਾਡੇ ਨਾਲ ਹੈਗਾ, ਜੋ ਜਿਸ ਤਰ੍ਹਾਂ ਭਗਤਾਂ ਦਾ
ਹੁਕਮ ਹੋਏਗਾ, ਆਰਡਰ ਹੋਏਗਾ, ਉਸ ਤਰ੍ਹਾਂ ਹੀ ਅੱਗੂ ਚੱਲਦਾ ਰਹੇਗਾ। ਔਰ ਤੁਹਾਨੂੰ ਮੈਂ ਇੱਕ ਹੋਰ ਦੱਸਣਾ ਚਾਹੁੰਦਾ ਬੜਾ ਖਾਸ ਕਿ ਜਿਸ ਤਰ੍ਹਾਂ ਸ਼੍ਰੀਲੰਕਾ ਦੇ ਵਿੱਚ ਸਾਡੇ ਰਮਾਇਣ ਦੇ ਕਾਫੀ ਪਾਤਰ ਜਿਹੜੇ ਜੁੜੇ ਹੋਏ ਆ, ਸਾਡੀ ਜਿਹੜੀ ਨੈਕਸਟ ਜਿਹੜੀ ਆ ਧਾਰਮਿਕ ਯਾਤਰਾ ਉਹ ਸ਼੍ਰੀਲੰਕਾ ਦੇ ਵਿੱਚ ਜਾਏਗੀ।